ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ। ਅੱਜ ਦੇ ਬਲੌਗ 'ਚ ਆਪਣੇ ਕੋਲ ਪਹੁੰਚਿਆ ਬਾਈ ਮਨਪ੍ਰੀਤ ਆਪਣੀ ਬਾਣੀ ਦੀ ਇੰਟਰਵਿਊ ਕਰਨ ਵਾਸਤੇ। ਇੱਥੇ ਤੁਸੀਂ ਦੇਖ ਸਕਦੇ ਹੋ ਮਨਪ੍ਰੀਤ ਤੇ ਇੱਧਰ ਆਪਣੀ ਬਾਣੀ ਤੁਰੀ ਆਉਂਦੀ ਹੈ ਤੇ ਦਿਖਾਵਾਂਗੇ ਸਾਰੀ ਵੀਡੀਓ 'ਚ ਇੰਟਰਵਿਊ ਹੈ ਨਾ ਤੇ ਕੀ ਕੀ ਗੱਲਾਂ ਬਾਤਾਂ ਗੀਆਂ। ਪਹਿਲਾਂ ਤੁਸੀਂ ਘੋੜੀ ਚੈੱਕ ਕਰੋ ਤਿਆਰ ਵਧੀਆ ਹੋਈ ਆਪਣੀ ਤੇ ਬਾਕੀ ਬਲੌਗ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਸਾਰਾ ਦਿਖਾਵਾਂਗੇ ਆਪਾਂ ਤੁਹਾਨੂੰ ਕੀ ਕੁਛ ਕਰਦੇ ਹਾਂਗੇ ਤੇ ਤਿਆਰੀਆਂ ਫਿਲਹਾਲ ਚੱਲ ਰਹੀਆਂ। ਦੇਖੋ ਬਾਣੀ ਕਹਿੰਦੇ ਆ ਮਰਜ਼ੀ ਦੀ ਮਾਲਕ ਆ ਆਪਣੇ ਆਪ ਜਾਂਦੀ ਹੈ ਤੇ ਮਿਲਦੇ ਹਾਂ ਦੋਸਤੋ ਅੱਗੇ ਸਿਲੈਕਟ ਕੀਤਾ ਜੀ ਤੁਹਾਨੂੰ ਦਿਖਾ ਦਿੰਦੇ ਹਾਂ ਆਪਾਂ ਇੱਥੇ ਇੱਥੇ ਕਿਉਂਕਿ ਵਧੀਆ ਵੀਡੀਓ ਬਣੂਗੀ ਤੇ ਘੋੜੀ ਆਈ ਜਾਂਦੀ ਹੈ ਜੀ ਹੋ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਇਹ ਸੁੱਖ ਆ ਵੀ ਇਹ ਫੜਨ ਦੀ ਨਹੀਂ ਪੈਂਦੀ ਆਪ ਹੀ ਆ ਜਾਂਦੀ ਹੈਗੀ ਗੱਲ ਤੇ ਬਾਕੀ ਤੁਸੀਂ ਚੈੱਕ ਕਰੋ ਜੀ ਤੁਹਾਨੂੰ ਸਾਰੀ ਵੀਡੀਓ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ 'ਚ ਪਾ ਦੇਵਾਂਗੇ ਆਪਣੀ ਦੇ ਵਿੱਚ ਅਤੇ ਤੁਸੀਂ ਜਾ ਕੇ ਦੇਖ ਲਿਓ ਬਾਈ ਨੇ ਇੰਟਰਵਿਊ ਕੀਤੀ ਆਪਣੀ ਅਤੇ ਇੰਸਟਾਗ੍ਰਾਮ 'ਤੇ ਵੀ ਪਾਵਾਂਗੇ ਅਤੇ ਘੋੜੀ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਕਹਿੰਦੇ ਮੁੰਡਾ ਸਾਡੇ ਚੋਪਰ ਅਰਛਾ ਹੈ ਇੱਧਰ ਪਹੁੰਚ ਚੁੱਕੇ ਹੈ ਤੁਹਾਨੂੰ ਦੱਸਿਆ ਸੀ ਕਿ ਆਪਣੀ ਬਾਣੀ ਦੀ ਇੰਟਰਵਿਊ ਅੱਜ ਲੈਣ ਆ ਰਿਹਾ ਬਾਈ ਅਤੇ ਉਹ ਪਹੁੰਚ ਚੁੱਕਿਆ ਇੱਧਰੋਂ ਕੰਮ ਤਿਆਰੀ 'ਤੇ ਪੂਰਾ ਮੁੰਡੇ ਰੈਡੀ ਹੋਈ ਜਾਂਦੇ ਆ ਆਹ ਬਾਣੀ ਖੜੀ ਆ ਬਾਈ ਇੰਟਰਵਿਊ ਲੈਣ ਆਇਆ ਇੱਧਰ ਨਾਲ ਬਾਬਾ ਜੀ ਅਤੇ ਬਸ ਪੰਜਾਂ ਸੱਤਾਂ ਮਿੰਟਾਂ 'ਚ ਕਰਦੇ ਹਾਂ ਸਟਾਰਟ ਅਤੇ ਬਾਕੀ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਦਾ ਵਿਊ ਆਪਣੀ ਚੱਲ ਰਹੀ ਹੈ ਇੰਟਰਵਿਊ ਅਤੇ ਬਾਈ ਸਟੰਟ ਕਰਕੇ ਦਿਖਾ ਰਿਹਾ ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਹੈ ਨਾ ਚੱਲ ਰਹੀ ਹੈ ਇੰਟਰਵਿਊ ਆਪਣੀ ਅਤੇ ਇਹ ਬਾਈ ਪਹੁੰਚਿਆ ਇੰਟਰਵਿਊ ਕਰਨ ਬਾਣੀ ਦੀ ਇਧਰੋਂ ਦੀਦੀ ਤੁਸੀਂ ਕੱਢ ਦਿਓ ਬਾਹਲੀ ਸੋਹਣੀ ਲੱਗਦੀ ਆ ਬਾਹਲੀ ਸੋਹਣੀ ਯਾਰ ਚੱਪਲਾਂ ਦੇ ਯਾਰ ਚੱਪਲਾਂ ਵਗੀਆਂ